ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਸਰਪੰਚ ਸਾਹਿਬ ਦਾ ਕਹਿਣਾ ਕਿ ਜੇ 4-5 ਮਹੀਨੇ ਰਹਿ ਗਏ ਮੈਂ ਕੰਮ ਕਰਕੇ ਦਿਖਾਵਾਂਗਾ ਮੈਂ ਲੋਕਾਂ ਦੇ ਨਾਲ ਖੜਾ ਵਾਂ ਅੱਜ ਅਸੀਂ ਨੇਸਟਾ ਪਿੰਜ ਦਾ ਸਰਪੰਚ ਨਿਰਮਲ ਕੌਰ ਦੀ ਘਰ ਆਏ ਆ ਆ ਸਰਪੰਚ ਜੀ ਨਾਲ ਗੱਲ ਕਰਾਂਗੇ ਇਹਨਾਂ ਨੇ 5 ਸਾਲਾਂ ਵਿੱਚ ਕੀ ਕੰਮ ਕਰਵਾਏ ਨੇ ਕਿਆ ਦੱਸੋ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਨੇਸਟਾ ਦਾ ਸਰਪੰਚ ਬੋਲਦਾ ਹਾਂ ਸਰਪੰਚ ਅੰਦਰ ਮਿੱਠੀ ਸਰਪੰਚ ਹੈ छपड़ की खलाई हो रही है जी पंचायत भंग होने करके दूरी हैगी असीं फिर दोबारा शुरू करवा रहे हैं क्योंकि छप्पड़ साडे ਇੱਕੋ ਪਿੰਡ ਦੇ ਛੱਪੇ ਜਿਹਦੇ ਕਰਕੇ ਪਿੰਡਾਂ ਦੇ ਘਰਾਂ ਦੇ ਬਹੁਤ ਨੁਕਸਾਨ ਹੋ ਰਿਹਾ ਹੈ। ਤੁਹਾਡੇ ਸਕੂਲ ਦਾ ਕੰਮ ਕੋਈ ਹਾਂ ਸਕੂਲ ਦਾ ਕੰਮ ਕਰਵਾਇਆ ਤੇ ਬਿਲਡਿੰਗ ਬਣਾਈ ਹੈ ਬਹੁਤ ਵਧੀਆ ਕਮਰੇ ਬਣਾਏ ਤੇ ਬੱਚਿਆਂ ਦੇ ਰਹਿਣ ਦੇ ਵਾਸਤੇ ਪਰ ਹੋਰ ਵੀ ਸਾਨੂੰ ਸਰਕਾਰ ਜਿੰਨਾ ਵੀ ਕੋਈ ਹੋਰ ਖਰਚਾ ਦੇਵੇਗੀ ਉਹ ਅਸੀਂ ਪਿੰਡ ਦੇ ਵਿਕਾਸ ਵਾਸਤੇ ਲਾਵਾਂਗੇ ਤੇ ਸਾਨੂੰ ਇੰਨੀ ਖੁਸ਼ੀ ਹੈ ਕਿ ਸਰਕਾਰ ਸਾਨੂੰ ਮਤਲਬ ਬਹੁਤ ਵਧੀਆ ਢੰਗ ਨਾਲ ਕੰਮ ਕਰਵਾ ਰਹੀ ਹੈ ਤੇ ਵਧੀਆ ਕੰਮ ਕਰ ਰਹੀ ਹੈ। ਬਾਕੀ ਜਿਹੜਾ ਦੋ ਚਾਰ ਮਹੀਨੇ ਰਹਿ ਗਿਆ ਉਹਦੇ ਵਿੱਚ ਜੋ ਵੀ ਸਾਡੇ ਕੋਲ ਜਿੰਨਾ ਵੀ ਹੋਰ ਵਿਕਾਸ ਹੋਊਗਾ ਵੱਧ ਤੋਂ ਵੱਧ ਕਰਾਂਗੇ। ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇਹ ਉਹਨਾਂ ਦੀ ਸੋਚ ਆ ਕਿ ਪਿੰਡਾਂ ਦੇ ਸਰਪੰਚ ਦੀ ਤਨਖਾਹ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਇਹ ਵੇਖੋ ਜੀ ਅਸੀਂ ਤਾਂ ਅੱਗੇ ਵੀ ਬੜੀਆਂ ਮੰਗਾਂ ਰੱਖੀਆਂ ਸਰਪੰਚਾਂ ਨੇ ਕਿ ਸਾਡੀ ਤਨਖਾਹ ਹੋਣੀ ਚਾਹੀਦੀ ਵੇਖੋ ਅਸੀਂ ਜਦੋਂ ਵੀ ਜਾਂਦੇ ਹਾਂ ਆਪਣੀਆਂ ਦਿਹਾੜੀਆਂ ਤੋੜਦੇ ਹਾਂ ਘਰਾਂ ਦੇ ਕੰਮ ਛੱਡਦੇ ਹਾਂ ਤੇ ਖੁਦ ਕੋਲੋਂ ਹੀ ਆਪਣਾ ਖਰਚਾ ਕਰਕੇ ਜਾਂਦੇ ਹਾਂ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਪਿੰਡ ਦੀ ਸਰਪੰਚਾਂ ਦੇ ਵੀ ਕੁਛ ਨਾ ਕੁਛ ਖਰਚਾ ਕਰ ਦੇਣਾ ਚਾਹੀਦਾ ਉਹਨਾਂ ਦੀ ਤਨਖਾਹ ਜ਼ਰੂਰ ਲੱਗਣੀ ਚਾਹੀਦੀ ਹੈ। ਇਹਦੇ ਬਾਰੇ ਜੀ ਅਸੀਂ ਇਹੋ ਕਹਿਣਾ ਚਾਹਾਂਗੇ ਕਿ ਇਹ ਤਾਂ ਕੰਮ ਸਰਕਾਰ ਦਾ ਵੇਖੋ ਚਲੋ ਅਸੀਂ ਵੀ ਪਿੰਡਾਂ ਦੇ ਵਿੱਚ 10-10 ਮੈਂਬਰੀ ਕਮੇਟੀ ਬਣਾਈ ਆ ਕਿ ਚਲੋ ਇਹਦਾ ਰੋਕਥਾਮ ਕੀਤਾ ਜਾਵੇ ਬਾਕੀ ਜੋ ਸਰਕਾਰ ਕਰ ਸਕਦੀ ਆ ਸਰਕਾਰ ਤੋਂ ਬਿਨਾਂ ਕੋਈ ਕੁਛ ਨਹੀਂ ਕਰ ਸਕਦਾ ਇਸ ਚੀਜ਼ ਨੂੰ ਨੱਥ ਪਾਉਣ ਵਾਸਤੇ ਸਰਕਾਰ ਹੀ ਨੱਥ ਪਾ ਸਕਦੀ ਆ ਪਿੰਡ ਦੀ ਪਬਲਿਕ ਕੁਛ ਨਹੀਂ ਕਰ ਸਕਦੀ ਉਹ ਤਾਂ ਲੋਕ ਇੱਕ ਦੂਜੇ ਤੋਂ ਡਰਦੇ ਆ ਕਿ ਸਾਡੀਆਂ ਵੋਟਾਂ ਕਿਹੜਾ ਖਰਾਬ ਹੋਣਾ ਤਾਂ ਅਸੀਂ ਇੱਕ ਦੂਜੇ ਦੇ ਬੁਰੇ ਨਾ ਬਣੀਏ ਇਹ ਤਾਂ ਚਲੋ ਅਸੀਂ ਜਿੱਥੋਂ ਤੱਕ ਵੱਧ ਤੋਂ ਵੱਧ ਕਰਾਂਗੇ ਅਸੀਂ ਤਾਂ ਸਮਝਾ ਸਕਦੇ ਪਬਲਿਕ ਨੂੰ ਕਿ ਇਹ ਨਸ਼ੇ ਤੋਂ ਬਚੋ ਆਪਣੇ ਘਰ ਨਾ ਜਾੜੋ ਅਤੇ ਨਾ ਘਰ ਦੀ ਬਰਬਾਦੀ ਕਰੋ ਬਾਕੀ ਅਸੀਂ ਸਰਕਾਰ ਕੜੀ ਬੇਨਤੀ ਕਰਕੇ ਵੀ ਇਹਨੂੰ ਵੱਧ ਤੋਂ ਵੱਧ ਆਪ ਹੀ ਸਰਕਾਰ ਇਹਨੂੰ ਨੱਥ ਪਾਵੇ ਤਾਂ ਇਹ ਨਸ਼ਾ ਮੁਕਤ ਹੋ ਸਕਦਾ ਹੈ। ਆਪਾਂ ਵੱਧ ਤੋਂ ਵੱਧ ਜਿੰਨੇ ਵੀ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਸਮਝਾ ਹੀ ਸਕੀਏ ਉਹਨਾਂ ਨੂੰ ਜਿੰਨਾ ਵੀ ਸਮਝਾਇਆ ਜਾਂਦਾ ਉਹਨਾਂ ਹੀ ਨਸ਼ੇ ਤੋਂ ਬਚਾਇਆ ਜਾ ਸਕੇ ਕਿਉਂਕਿ ਹੁਣ ਸਾਡੇ ਪਿੰਡ ਦੇ ਵਿੱਚ ਇੰਨੇ ਜ਼ਿਆਦਾ ਨਸ਼ਾ ਕਰਦੇ ਸਾਡੀ 10 ਮੈਂਬਰੀ ਕਮੇਟੀ ਨੇ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਵੇਚਣ ਵਾਲਿਆਂ ਨੂੰ ਸਮਝਾਇਆ ਕਿ ਬੱਚਿਆਂ ਦੀ ਲੋਕਾਂ ਦੀ ਜ਼ਿੰਦਗੀ ਖਰਾਬ ਨਾ ਕਰੋ ਉਹ ਜਿਹੜੇ ਬੰਦੇ ਵੇਚਦੇ ਸੀ ਉਹ ਹੱਥ ਜੋੜਦੇ ਕਹਿੰਦੇ ਵੀ ਨਹੀਂ ਇਸ ਵੇਲੇ ਕੰਮ ਨਹੀਂ ਕਰਾਂਗੇ ਉਹਨਾਂ ਨੇ ਹੁਣ ਨਸ਼ਾ ਵੇਚਣਾ ਬੰਦ ਕਰਤਾ ਬਾਕੀ ਜਿਹੜੇ ਅਜੇ ਕੋਈ ਪੀਂਦੇ ਨੇ ਉਹਨਾਂ ਦੇ ਗਾੜੀ ਵੀ ਅਸੀਂ ਜਾਂਦੇ ਹਾਂ ਰਾਤ ਦਿਨ ਉਹਨਾਂ ਦੇ ਗਾੜੀ ਮਦਦਬਾ ਕਰਦੇ ਹਾਂ ਅਤੇ ਇਹੋ ਹੀ ਸਮਝਾਉਣ ਡਿਆ ਵੀ ਤੁਸੀਂ ਇਹ ਨਸ਼ਾ ਛੱਡ ਕੇ ਅਤੇ ਆਪਣੀ ਜ਼ਿੰਦਗੀ ਬਚਾਓ ਬਸ ਸਰਕਾਰ ਕੜੀ ਵੀ ਇਹੋ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇ ਸਾਰੇ ਦਾਦਾ ਵੀ ਵੀ ਜਾਣਿਆਂ ਦੀ ਜਿਹੜੇ ਵੀ ਉਹਨਾਂ ਨੂੰ ਸਮਝਾ ਕੇ ਅਤੇ ਨਸ਼ੇ ਤੋਂ ਮੁਕਤ ਕਰਨਾ ਹਾਂਜੀ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਵਧੀਆ ਚੱਲਦਾ ਰਿਹਾ ਜੀ ਸਾਡੇ ਪਿੰਡ ਦੇ ਮਤਲਬ ਲੋਕ ਇੰਨੇ ਵਧੀਆ ਵਾ ਵੀ ਸਾਨੂੰ ਉਹਨਾਂ ਨੇ ਲੋੜ ਹੀ ਨਹੀਂ ਪੈਣ ਦੀ ਦੱਸਿਆ ਵੀ ਆਪਾਂ ਕੀ ਕਰਨਾ
ਸਾਡੇ ਪਿੰਡ ਦੇ ਲੋਕਾਂ ਨੇ ਆਪ ਹੀ ਸਾਰਾ ਕੁਝ ਆਟਾ ਦਾਲ ਚੌਲ ਤੱਕ ਜੋ ਵੀ ਮਤਲਬ ਜਿੱਥੋਂ ਤੱਕ ਵੀ ਹੋ ਸਕਾ ਗੁਰਦੁਆਰਾ ਸਾਹਿਬ ਲੈ ਕੇ ਅਤੇ ਲੰਗਰ ਜਿੰਨਾ ਤੇ ਲੋਡ ਚਾਦਰ ਆ ਉਹ ਗੁਰਦੁਆਰਾ ਸਾਹਿਬ ਸਾਰੇ ਲੰਗਰ ਲਾਉਂਦੇ ਰਹਿਣ ਅਤੇ ਕਿਸੇ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ। ਅਸੀਂ ਅੱਜ ਦੇ ਮਤਲਬ ਇਹੋ ਹੀ ਸੰਦੇਸ਼ ਦੇਣੇ ਚਾਹੁੰਦੇ ਹਾਂ ਵੀ ਮਤਲਬ ਹੋਰ ਕੋਈ ਵੀ ਕੰਮ ਬੇਸ਼ੱਕ ਛੱਡੋ ਪਰ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਓ। ਅਸੀਂ ਵੀ ਸਾਰੇ ਅਧਿਕਾਰੀ ਇਹ ਹੱਥ ਜੋੜ ਕੇ ਰਿਕੁਐਸਟ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਜਿੱਦਾਂ ਵੀ ਦਾ ਨਸ਼ੇ ਤੋਂ ਮੁਕਤ ਕਰਾਓ। ਸਰਕਾਰ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਨੱਥ ਪਾਓ ਨਸ਼ੇ ਨੂੰ ਜਿੱਥੋਂ ਤੱਕ ਵੀ ਹੁੰਦਾ ਜਿੱਥੋਂ ਵੀ ਕੋਈ ਨਸ਼ਾ ਤੁਹਾਨੂੰ ਨਸ਼ੇ ਵਾਲਾ ਮਿਲਦਾ ਉਹਨੂੰ ਬਖਸ਼ੋ ਨਾ ਉਹਦਾ ਲਿਹਾਜ਼ ਨਾ ਕਰੋ ਉਹਨੂੰ ਉਸੇ ਟਾਈਮ ਪੁੱਛ ਕੇ ਪਰਚਾ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜੋ। ਜ਼ਾਰੀ ਮੈਂ ਛੋਟੀ ਗੱਲ ਕਰਨਾ ਚਾਹੁੰਦਾ ਜੀ ਇਹ ਅੱਜ ਕੱਲ੍ਹ ਜਿਹੜੇ ਸਰਪੰਚਾਂ ਨੇ ਜੇ ਤੁਹਾਡੇ ਨਾਲ ਜਿਹੜੇ ਬੰਦੇ ਗਏ ਆ ਇਹ ਧੜੇਬਾਜ਼ੀ ਕਿਉਂ ਕਰਨ ਲੱਗ ਪਿਆ ਇਹ ਕਿਉਂ ਹੋਣ ਲੱਗ ਪਿਆ ਹੁਣ ਜਿਵੇਂ ਇੱਕ ਬੰਦਾ ਖਲੋਂਦਾ ਠੀਕ ਹੈ ਨਾ ਇਹ ਜਿਹੜੇ ਤੁਹਾਡੇ ਮੈਂਬਰ ਹੁੰਦੇ ਆ ਕਈ ਵਾਰੀ ਬਦਲ ਜਾਂਦੇ ਕਈ ਵਾਰੀ ਸਹੀ ਹੋ ਜਾਂਦੇ ਆ ਮਗਰ ਉਸ ਟਾਈਮ ਧੜੇ ਕਿਉਂ ਬਣੇ ਆ ਕਿਸ ਵੇਲੇ ਬਣੇ ਆ ਕਿ ਮੈਨੂੰ ਇਹਦੇ ਬਾਰੇ ਦੱਸੋ ਧੜੇ ਕਿਉਂ ਬਣਨੇ ਚਾਹੀਦੇ ਇੱਕ ਤੁਸੀਂ ਦੱਸੋ ਆਪਣੀ ਮੁਹੱਲੇ ਦੀ ਗਲੀ ਕਿਉਂ ਨਹੀਂ ਬਣਾਈ ਆਪਣਾ ਘਰ ਵੀ ਨਹੀਂ ਬਣਾਇਆ ਨਾ ਗਲੀ ਬਣਾਈ ਇਹਦੇ ਬਾਰੇ ਕੀ ਕਹਿਣ ਜਾਂਦੇ। ਇਹਦੇ ਬਾਰੇ ਸਰ ਮੈਂ ਉਹ ਕਹਿਣਾ ਚਾਹੁੰਦਾ ਵਾਂ ਵੀ ਮੈਂ ਇਸ ਟਾਈਮ 'ਤੇ ਸਾਡੇ ਘਰ ਦੇ ਵਿੱਚ ਸਾਡਾ ਪਰਿਵਾਰ ਤੀਸਰੀ ਵਾਰ ਸਰਪੰਚੀ ਕਰ ਰਿਹਾ। ਅੱਛਾ ਪਰ ਅਸੀਂ ਸਰਕਾਰ ਦੇ ਪੈਸੇ ਤੋਂ ਬਿਲਕੁਲ ਪਿੱਛੇ ਹਾਂ। ਸਰ ਮੈਂ ਮੰਨਣਾ ਚਲੋ ਜੇ ਗ੍ਰਾਂਟ ਮਿਲੀ ਕੋਈ ਮਿਲੀ ਪਹਿਲੋਂ ਇਨਸਾਨ ਆਪਣੀ ਗਲੀ ਬਣਾਉਂਦਾ ਠੀਕ ਹੈ ਵੀ ਆਪਣੀ ਗਲੀ ਬਣਾਈ ਨਾ ਆਪਣਾ ਘਰ ਬਣਾਇਆ ਠੀਕ ਹੈ ਵੀ ਕਹਿੰਦੇ ਨਾ ਤੀਜੀ ਬਣ ਗਏ ਪਹਿਲਾਂ ਮੇਰਾ ਪਾਪਾ ਬਣਿਆ ਮੇਰੇ ਆਪਾ ਬਣੇ ਮਗਰ ਤੁਹਾਨੂੰ ਵੀ ਇਹਨਾਂ ਨੂੰ ਹੀ ਚਾਹੀਦਾ ਨਾ ਜਿਵੇਂ ਐੱਮ ਐੱਲ ਏ ਗਿਆ ਠੀਕ ਹੈ ਨਾ ਜਾਂ ਤੁਹਾਡੇ ਦੇ ਐੱਮ ਐੱਲ ਏ ਗਿਆ ਜਦੋਂ ਤੁਸੀਂ ਗ੍ਰਾਂਟ ਆਉਂਦੀ ਹੈ ਪੂਰੀ ਦੇਣ ਮਗਰ ਜਦੋਂ ਪੂਰੀ ਨਹੀਂ ਦਿੰਦੀ ਜਦੋਂ ਮੈਂਬਰ ਵੀ ਕਹਿੰਦੇ ਆ ਤਾਂ ਤੁਹਾਡੇ ਮੁਹੱਲੇ ਵਾਲੇ ਕਹਿੰਦੇ ਆ ਗ੍ਰਾਂਟ ਆ ਹੀ ਖਾ ਗਿਆ ਸਰਪੰਚ ਨੇ ਕਿੱਥੋਂ ਖਾਣਾ ਉਹ ਵਿਚਾਰਾ ਆਪਣਾ ਮਕਾਨ ਨਹੀਂ ਬਣਾ ਸਕਿਆ ਸੜਕ ਨਹੀਂ ਬਣਾਇਆ ਉਹਨੇ ਕੀ ਖਾਣਾ। ਵੇਖੋ ਜੀ ਅਸੀਂ ਤੁਹਾਨੂੰ ਇਹੋ ਹੀ ਗੱਲ ਪਹਿਲਾਂ ਹੀ ਕਹਿਣ ਡਿਆ ਵੀ ਅਸੀਂ ਆਪਣਾ ਘਰ ਨਹੀਂ ਬਣਾਇਆ ਗਲੀ ਨਹੀਂ ਬਣਾਈ ਕਿਉਂ ਨਹੀਂ ਬਣਾਈ ਇਸੇ ਕਰਕੇ ਨਹੀਂ ਬਣਾਈ ਕਿ ਸਾਨੂੰ ਭਾਵੇਂ ਅਸੀਂ ਕੁਛ ਵੀ ਨਾ ਖਾਧਾ ਜਾਂ ਨਾ ਕਿਉਂ ਕੀਤਾ ਹੀ ਪਬਲਿਕ ਨੇ ਫਿਰ ਵੀ ਇਹ ਸਾਨੂੰ ਕਹਿਣਾ ਹੀ ਕਹਿਣਾ ਕਿ ਸਰਪੰਚ ਖਾ ਗਏ ਅਸੀਂ ਗਲੀ ਤਾਂ ਨਹੀਂ ਬਣਾਈ ਕਿ ਉਹਨਾਂ ਨੇ ਆਖਣਾ ਇਹਨਾਂ ਗਲੀ ਸਭ ਤੋਂ ਪਹਿਲਾਂ ਸਰਪੰਚ ਬਣੇ ਤੇ ਆਪਣੀ ਬਣਾਈ ਪਿੰਡ ਦੀ ਨਹੀਂ ਬਣਾਈ ਉਹ ਧੜੇਬਾਜ਼ ਇਸ ਬੰਦੇ ਨੂੰ ਕਹਿੰਦੇ ਹੁਣ ਬਾਸ਼ਾ ਦੇ ਦਿਨ ਹੈਗੇ ਆ ਗਲੀ ਵੀ ਚਿੱਕੜ ਹੁੰਦਾ ਕੋਈ ਗੱਡੀ ਲੰਘਦੀ ਕੋਈ ਐਕਸੀਡੈਂਟ ਹੋ ਜਾਂਦਾ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਜਾਂ ਪਬਲਿਕ ਹੋਏਗੀ। ਨਹੀਂ ਇਹਦੇ ਵਿੱਚ ਤਾਂ ਵੇਖੋ ਜੀ ਅਸੀਂ ਜ਼ਿੰਮੇਵਾਰ ਹਾਂ ਇਹਦੇ ਵਿੱਚ ਪਬਲਿਕ ਸਰਕਾਰ ਨੇ ਕੀ ਹੋਣਾ ਸਰਕਾਰ ਨੇ ਤਾਂ ਪੈਸੇ ਦੇ ਤੇ ਵੀ ਜਿੱਥੇ ਮਰਜ਼ੀ ਲਗਾ ਲਓ ਠੀਕ ਆ ਜੀ ਇਹਦੇ ਵਿੱਚ ਲਾਉਣੀਆਂ ਤਾਂ ਅਸੀਂ ਆ ਪੈਸੇ ਭਾਵੇਂ ਗਲੀਆਂ 'ਚ ਲਾ ਲਈਏ ਭਾਵੇਂ ਜਿੱਥੇ ਕਿਤੇ ਹੋਰ ਲਾ ਲਈਏ। ਤੁਹਾਡੀ ਵਾਈਫ ਵੀ ਕੋਈ ਸਰਪੰਚ ਹੈਗੀ ਹੈ ਚਲੋ ਹੈਗੀ ਇਹ ਨਾਲ ਜਿਵੇਂ ਰਾਤ ਨੂੰ ਕਿਸੇ ਨੂੰ ਲੋੜ ਪੈ ਜਾਂਦੀ ਹੈ 2:30 ਦੋਵੇਂ ਫੋਨ ਕਰਦਾ ਕੋਈ ਕਰਦਾ ਫੈਨ ਕਰਾਉਣੇ ਆ ਕਿ ਇਹ ਉਸ ਟਾਈਮ ਕੰਮ ਕਰਦੇ ਉਹਨਾਂ ਦਾ ਸਾਡਾ 24 ਘੰਟੇ ਫੋਨ ਚੱਲਦਾ ਜੀ। ਅੱਛਾ ਸਾਨੂੰ ਕਿਸੇ ਤੁਹਾਡੀ ਵਾਈਫ ਹਾਂਜੀ ਹਾਂਜੀ ਜਦੋਂ ਇਹ ਸਾਨੂੰ ਕੋਈ ਫੋਨ ਕਰੇਗਾ ਕੋਈ ਸੈਂਡ ਕਰਨ ਵਾਸਤੇ ਬੋਲੇਗਾ ਅਸੀਂ ਉਸੇ ਟਾਈਮ ਹੀ ਦਰਵਾਜ਼ਾ ਖੋਲ੍ਹ ਕੇ ਉਹਨਾਂ ਨੂੰ ਸੱਦ ਕੇ ਬਿਠਾ ਕੇ ਉਹਦੇ ਸੈਨ ਕਰੀਦੇ ਸਟੈਂਪ ਲਾਈ ਦੀ ਆ ਸਾਰੇ ਕੰਮ ਕਰਦੇ ਅਸੀਂ ਮਤਲਬ ਕਿਸੇ ਵੀ ਟੀਮ ਟਾਈਮ ਕੋਈ ਵੀ ਬੁਲਾਵੇ ਪਬਲਿਕ ਵਾਲਾ ਆਪਾਂ ਨੂੰ ਜਾਣਾ ਪੈਂਦਾ। ਲਾਸਟ ਸਵਾਲ ਠੀਕ ਹੈ 5 ਮਹੀਨਿਆਂ ਨੂੰ 4 ਮਹੀਨਿਆਂ ਨੂੰ ਵੋਟਾਂ ਆ ਰਹੀਆਂ ਸਰਪੰਚਾਂ ਦੀਆਂ ਕਿ ਹੁਣ ਤੁਸੀਂ ਤੁਹਾਨੂੰ ਚਾਹ ਹੈਗਾ ਕਿ ਆਪਣੀ ਵਾਈ ਖੋਲ੍ਹੇਗੀ ਜਾਂ ਕੋਈ ਆਪਣੇ ਘਰ 'ਚ ਜੀ ਖਲੋਵੇ ਇਹਦੇ ਬਾਰੇ। ਨਹੀਂ ਜੀ ਅਸੀਂ ਤਾਂ ਵੇਖੋ ਪਹਿਲਾਂ ਵੀ ਤੁਹਾਡੇ ਨਾਲ ਰਿਕੁਐਸਟ ਕੀਤੀ ਆ ਵੀ ਅਸੀਂ ਕਦੀ ਵੀ ਸਰਪੰਚੀ ਦੇ ਚਾਹ ਵਾਲੇ ਕਿਉਂ ਸਾਨੂੰ ਜਦੋਂ 3 ਵਾਰੀ ਬਣੇ ਮੈਨੂੰ ਇੱਕ ਗੱਲ ਇਹ ਬਸ ਕਿਉਂ 3 ਵਾਰੀ ਬਣੇ ਝੋਟੇ ਵੀ ਬਣਨ ਲੱਗਿਆ ਕੀ ਹੁੰਦਾ ਜਿਹੜੀ ਕੰਮ ਕਰਾਇਆ। ਵੇਖੋ ਜੀ ਮੈਂ ਤਾਂ ਤੁਹਾਨੂੰ ਇਹ ਗੱਲ ਦੱਸੀ ਆ ਵੀ ਸਰਪੰਚ ਕਈ ਸ਼ੌਂਕ ਨਾਲ ਲੜਦੇ ਆ ਪਰ ਸਾਨੂੰ ਇਸ ਚੀਜ਼ ਦਾ ਸ਼ੌਂਕ ਨਹੀਂ ਆ ਠੀਕ ਆ ਜੀ ਅਸੀਂ ਸਾਨੂੰ ਜਦੋਂ ਪਬਲਿਕ ਖਿਲਾਰੂਗੀ ਉਸ ਟਾਈਮ 'ਤੇ ਅਸੀਂ ਖਲੋਵਾਂ ਨਹੀਂ ਤਾਂ ਅਸੀਂ ਪਹਿਲਾਂ ਬਿਲਕੁਲ ਨਹੀਂ ਖਲੋਂਦੇ ਅਤੇ ਨਾ ਅਸੀਂ ਕਦੀ ਕਿਸੇ ਨੂੰ ਕਿਹਾ ਹੀ ਆ ਪਿੰਡ ਦੇ ਵੱਢ ਕੇ ਅਸੀਂ ਸਰਪੰਚ ਖਲੋਣਾ। ਜਿਨ੍ਹਾਂ ਨੇ ਕੰਮ ਕੀਤੇ ਹੁੰਦੇ ਨਾ ਦੇਖੋ ਜੇ ਤੁਹਾਡੇ ਬਾਈ ਜਿੰਨੀ ਮਰਜ਼ੀ ਹੋਵੇ ਜਿਹੜੀ ਮੇਰੀ ਸਰਕਾਰ ਆਏ ਜਿਹਨੇ ਕੰਮ ਕੀਤਾ ਹੁੰਦੇ ਆ ਕਹਿੰਦੇ ਬੰਦੇ ਨੇ ਕੰਮ ਕੀਤਾ ਜੀ ਅੱਧੀ ਰਾਤ ਨੂੰ ਜਾਈ ਵਾਰ ਮਾਰੀ ਆਇਆ ਜੀ ਠੀਕ ਹੈ ਮਗਰ ਜਿਹੜੀ ਕੰਮ ਕੀਤੇ ਆ ਅਤੇ ਆਪਾਂ ਖਲੋਂਦੇ ਹੱਕਦਾਰ ਹਾਂ ਜੇ ਨਹੀਂ ਕੀਤੇ ਤਾਂ ਫਿਰ ਖਲੋਂਦੇ ਹੱਕਦਾਰ ਨਹੀਂ ਹੈਗੇ। ਨਹੀਂ ਜੀ ਵੇਖੋ ਇਹ ਗੱਲ ਫਿਰ ਪਬਲਿਕ 'ਤੇ ਡਿਪੈਂਡ ਕਰਦੀ ਵੇਖੋ ਜਦੋਂ ਆਪਾਂ ਖੁਦ ਸਰਪੰਚ ਖਲੋ ਜਾਂਦੇ ਹਾਂ ਨਾ ਲੋਕ ਫਿਰ ਇਹ ਗੱਲ ਕਹਿੰਦੇ ਕਿ ਹਰ ਵਾਰੀ ਇਹੋ ਹੀ ਸੁੱਖਿਆ ਆਪਾਂ ਕਿਸੇ ਹੋਰ ਦਾ ਨਵਾਂ ਚਿਹਰਾ ਲੈ ਲਿਆ ਨਵੇਂ ਬਣਾਈਏ ਉਸ ਟਾਈਮ 'ਤੇ ਪਤਾ ਗੱਲ ਕੀ ਵੇਖੋ
उस टाइम पर जो आप खुद खिलौने किसी का किसी की आप मतलब नाल पुछ के नहीं चलते उस टाइम पर जो आप हारते तो बदनामी बहुत ज्यादा होंगी आ उस टाइम तो वह फायदा ही कोई नहीं होता खिलौन का। एक मैं गल का छोटी जहाँ पता लगा अभी आप गए हाँ कि पिंड गए हाँ वो कहें जी साले जे सरपंच बंदे होंगे जे कहर मैंबर ठीक है वो कहें ढाई ढाई तीन तीन लख रुपये साढ़े तीन तीन लख रुपये दे के जो काम कराने सू पैसे दो यह हों ₹2.5 lakh देना ਉਹਨੂੰ ਲਾਲਚ ਹੋਊਗਾ ਉਹ ਬੰਦੇ ਨੂੰ ਸਰਪੰਚ ਨੂੰ ਕਿ ਇਹ ਮੈਂਬਰਾਂ ਨੂੰ ਮੈਂ ਨਾਲ ਜੋੜਾਂ ਤੇ ਮੈਨੂੰ ਗ੍ਰਾਂਟ ਮਿਲੂਗੀ ਤੇ ਮੈਂ ਉਹ ਪੈਸੇ ਉਹ ਗ੍ਰਾਂਟਾਂ 'ਚ ਪੂਰੇ ਕਰਾਂ। ਇਹ ਗੱਲ ਬਹੁਤ ਵਧੀਆ ਕੀਤੀ ਹੋਈ ਵੇਖੋ ਇਹ ਮੇਰੇ ਨਾਲ ਮੈਂਬਰ ਵੇਖੋ ਅਸੀਂ ਕਿਸੇ ਨੂੰ ਕੋਈ ਪੈਸੇ ਨਹੀਂ ਦਿੱਤੇ ਨਾ ਸਾਡੇ ਮੈਂਬਰਾਂ ਨੇ ਕੋਈ ਪੈਸੇ ਮੰਗੇ ਨਾ ਅਸੀਂ ਕਿਸੇ ਨਾਲ ਗੱਲ ਕੀਤੀ ਠੀਕ ਹੈ ਜੀ। ਮੈਂ ਇੱਕ ਇੱਕ ਲਾਸਟ ਗੱਲ ਜੀ कई सरपंच होंगे अपने पहले घर बनाते गली बनाते मगर यह ईमानदार जो सरपंच है इन्होंने ना अपनी गली बनाई ना घर बनाया। ग्रांट आएगी तो फिर पैसा लाएंगे हूँ ग्रांट रद्द करता जी सरपंचों तो उन्होंने फिर बहाल होए हैं तो टाइम लगना ही है एक महीना दो महीना जो उन्होंने को पैसा नहीं होगा तो अपने को रोल लाना उन्होंने फिर बारे की कहने अपना घर नहीं बनाया लोगों ने काम आना चाहिए जिस तरह मतलब सारी जवानी मतलब कि नौजवान बाहर चली जाए इतनी बेरोजगारी है जो नौजवान नशे से लगे हुए हैं ये बारे की कह सकते हो कि पंजाब में कितना बचा सकते हैं आप बर्बाद ही जा रहे हैं जट लोग अपने किले बेच के बच्चे बाहर भेजते हैं मगर अपना घर भी दस ਕਿਰਾਇਆ
बेरोजगारी नशा सारा पंजाब वधिया बन सकता है।